ਇੱਥੇ ਜਿਹੜਾ ਪਿੰਡ ਵਜਿਆ ਹੋਇਆ ਇਸ ਦਾ ਨਾਮ ਵੀ ਗੁਰੂ ਦਾ ਸਿੰਘ ਸੀਗਾ ਜੋ ਨਰਮੋਗੜ ਦੇ ਵਿੱਚ ਜੰਗ ਦੇ ਸ਼ਹੀਦ ਹੋਇਆ ਸੀ ਉਸੇ ਦੇ ਨਾਮ ਤੇ ਇਹ ਪਿੰਡ ਵਜਿਆ ਹੋਇਆ ਜੀ ਆਓ ਤੈਨੂੰ ਇਹ ਗੁਰੂ ਸਾਹਿਬ ਨੇ ਉਸ ਗੋਲਚੀ ਨੂੰ ਮਾਰਿਆ ਸੀਗਾ ਜਿਹੜਾ ਗੋਲਾ ਚਲਾ ਰਿਆ ਸੀ ਤੂਪ ਦਾ ਤੇ ਉਦੋਂ ਜਿਹੜਾ ਉੱਥੇ ਸਿੰਘ ਸ਼ਹੀਦ ਹੋਇਆ ਸੀ ਉਦੋਂ ਸ਼ਹੀਦ ਹੋਇਆ ਉਹ ਸਿੰਘ ਸਾਹਿਬ ਚੰਸੀ ਜੀ ਤੇ ਇਹ ਜੰਗਲ ਦਾ ਇਲਾਕਾ ਸੀਗੇ ਥੋੜੇ ਥੋੜੇ ਢਾਣੀਆਂ ਟਾਈਪ ਲੋਕ ਰਹਿੰਦੇ ਸੀ ਜਿਹੜਾ ਪ੍ਰਵਾਸ ਹੋਇਆ ਸੀਗਾ ਇਹ ਅਡੋਰਡ ਦੂਰ ਦੇ ਇਲਾਕਿਆਂ ਦੇ ਵਿੱਚ ਮਾਲਵੇ ਦੇ ਵਿੱਚ ਹੋਇਆ ਸੀ ਜਿਆਦਾ ਇੱਥੇ ਪਾਣੀ ਦੇ ਸਰੋਤ ਵਗੈਰਾ ਨਹੀਂ ਹੁੰਦੇ ਸੀਗੇ ਗੁਰੂ ਸਾਹਿਬ ਦੇ ਨਾਲ ਰਹਿੰਦੇ ਅੰਗ ਸੰਗ ਰਹਿੰਦੇ ਗੁਰੂ ਸਾਹਿਬ ਦੇ ਨਾਲ ਜੋ ਸਿੰਘ ਸ਼ਹੀਦ ਹੋਏ ਹਨ ਉਹਨਾਂ ਦੇ ਟਿਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਸੰਗਤ ਜੀ ਆਪਾਂ ਅੱਜ ਪਹੁੰਚੇ ਆ ਪਿੰਡ ਸਾਹ ਚੰਦ ਤੇ ਇੱਥੇ ਜਿਹੜਾ ਪਿੰਡ ਵਜਿਆ ਹੋਇਆ ਇਸ ਦਾ ਨਾਮ ਵੀ ਗੁਰੂ ਦਾ ਸਿੰਘ ਸੀਗਾ ਜੋ ਨਰਮੋਗੜ ਦੇ ਵਿੱਚ ਜੰਗ ਦੇ ਸ਼ਹੀਦ ਹੋਇਆ ਸੀ ਉਸੇ ਦੇ ਨਾਮ ਤੇ ਇਹ ਪਿੰਡ ਵਜਿਆ ਹੋਇਆ ਜੀ ਆਓ ਤੁਹਾਨੂੰ ਇਸ ਦੇ ਇਤਿਹਾਸ ਤੋਂ ਜਾਣੂ ਕਰਾਉਂਦੇ ਹਾਂ ਤੇ ਕਿੱਦਾਂ ਗੁਰੂ ਸਾਹਿਬ ਇੱਥੇ ਆਏ ਸੀ ਤੇ ਕੀ ਇਸ ਦਾ ਇਤਿਹਾਸ ਹੈ ਜੀ ਸੁਸੰਗਤ ਜੀ ਇਸ ਪਿੰਡ ਦਾ ਨਾਮ ਹੈ ਜੀ ਸਾਹਬਜੰਦ ਤੇ ਜ਼ਿਲ੍ਹਾ ਮੁਕਸਰ ਪੈਂਦਾ ਜੀ ਇਸ ਦਾ ਤੇ ਇਸ ਪਿੰਡ ਦਾ ਨਾਮ ਜੋ ਸਾਹਬਜੰਦ ਪਿਆ ਜੀ ਸਾਹਬਜੰਦ ਕੌਣ ਸੀ ਸਾਹਬਜੰਦ ਇੱਕ ਬਾਬਾ ਜੀ ਇਸ ਪਿੰਡ ਦੇ ਸਿੱਖ ਸਨ ਜੀ ਇੱਕ ਨਰਮੋਹਗੜ ਦੇ ਵਿੱਚ ਜੰਗ ਹੋਇਆ ਸੀ ਜਿਹੜੋ ਤੁਹਾਨੂੰ ਬਾਬਾ ਪਹਿਲਾਂ ਵੀ ਦਰਸ਼ਨ ਕਰਵਾਏ ਹਨ ਨਰਮੋਹਗੜ ਦੇ ਵਿੱਚ ਜੰਗ ਹੋਈ ਸੀ ਖੁੱਲਾ ਕਿਲਾ ਹੈ ਉੱਥੇ ਤੇ ਕਾਫੀ ਸਿੰਘ ਸ਼ਹੀਦ ਹੋਏ ਸੀਗੇ ਜੀ ਤੇ ਗੁਰੂ ਸਾਹਿਬ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਦੋ ਵਾਰ ਗੁਰੂ ਸਾਹਿਬ ਨੇ ਕਿਲਾ ਛੱਡਿਆ ਜੋ ਪਹਿਲੀ ਵਾਰ ਗੋਲਾ ਕਿਲਾ ਛੱਡਿਆ ਸੀ ਬੇਨਤੀ ਦੇ ਉੱਪਰ ਤਾਂ ਉਦੋਂ ਇਸ ਜਗ੍ਹਾ ਦੇ ਉੱਪਰ ਗੁਰੂ ਤੇਗ ਸਿੰਘਾ ਨੇ ਆ ਕੇ ਢੱਬੀ ਸਾਹਿਬ ਰੁਕੇ ਸੀ ਤੇ ਉਦੋਂ ਜਿਹੜਾ ਗੋਲਾ ਚੱਲ ਕੇ ਆਇਆ ਸੀ ਔਰ ਉੱਥੋਂ ਗੋਲਚੀ ਨੇ ਗੋਲਾ ਚਲਾਇਆ ਸੀ ਕੋਈ ਤੀਰ ਮਾਰ ਕੇ ਗੁਰੂ ਸਾਹਿਬ ਨੇ ਉਸ ਗੋਲਚੀ ਨੂੰ ਮਾਰਿਆ ਸੀ ਜਿਹੜਾ ਗੋਲਾ ਚਲਾ ਰਿਹਾ ਸੀ ਤੂਪ ਦਾ ਤੇ ਉਦੋਂ ਜਿਹੜਾ ਉੱਥੇ ਸਿੰਘ ਸ਼ਹੀਦ ਹੋਏ ਸੀ ਉਦੋਂ ਸ਼ਹੀਦ ਹੋਇਆ ਉਹ ਸਿੰਘ ਸਾਹਿਬ ਚੰਦ ਸਿੰਘ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਸੰਪੂਰਨ ਜਿਹੜਾ ਉੱਥੇ ਸਮੁੱਚੇ ਸਿੰਘਾਂ ਦਾ ਅੰਗੇਠਾ ਸਜਾ ਕੇ ਉਹਨਾਂ ਦਾ ਜਿਹੜਾ ਸੰਸਕਾਰ ਹੋਇਆ ਸੀਗਾ ਉਹ ਉਸ ਪਿੰਡ ਦੇ ਵਿੱਚ ਉੱਥੇ ਜਿਹੜਾ ਨਰਮੋਹਗੜ੍ਹ ਦੇ ਵਿੱਚ ਹੋਇਆ ਸੀਗਾ ਜੀ ਤੇ ਇੱਥੇ ਜਿਹੜਾ ਇਹਦਾ ਪਿੰਡ ਦਾ ਨਾਮ ਹੈ ਉਸੇ ਬਾਬਾ ਜੀ ਦੇ ਨਾਮ ਤੇ ਠੀਕਿਆ ਹੋਇਆ ਜੀ ਸਾਹਿਬ ਚੰਦ ਆਓ ਹੁਣ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਜੀ ਅੱਗੇ ਚੱਲ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਮੁਕਸਰ ਤੋ ਚੱਲ ਕੇ ਗੁਰੂ ਸਾਹਿਬ ਜੇ 40 ਮੁਕਤੀਆਂ ਦੀ ਧਰਤੀ ਐ ਉਹਦੇ ਤੋਂ ਉੱਪਰ ਗੁਰੂ ਸਾਹਿਬ ਜਦੋਂ ਚੱਲਦੇ ਦਮਦਮਾ ਸਾਹਿਬ ਦੇ ਮਾਰਗ ਦੇ ਉੱਪਰ ਚੱਲਦੇ ਆ ਰਹੇ ਸੀਗੇ ਜੀ ਤਾਂ ਉਦੋਂ ਇਸ ਸਥਾਨ ਦੇ ਉੱਪਰ ਗੁਰੂ ਸਾਹਿਬ ਆਏ ਸਨ ਜੀ ਇਸ ਸਥਾਨ ਦੇ ਉੱਪਰ ਜਿਹੜਾ ਗੁਰੂ ਸਾਹਿਬ ਦੋ ਵਾਰ ਦਾ ਜ਼ਿਕਰ ਆਉਂਦਾ ਜੀ ਗੁਰੂ ਸਾਹਿਬ ਜਦੋਂ ਕੁਰਕ ਖੇਤਰ ਦਾ ਮਾਰਗ ਸੀਗਾ ਜੀ ਕੁਰਕ ਖੇਤਰ ਤੇ ਗੁਰੂ ਸਾਹਿਬ ਆਏ ਸੀਗੇ ਜੀ ਤਾਂ ਕੁਰਕ ਖੇਤਰ ਤੋਂ ਗੁਰੂ ਸਾਹਿਬ ਲੱਖੀ ਜੰਗਲ ਤੱਕ ਦਾ ਜ਼ਿਕਰ ਆਉਂਦਾ ਜੀ ਉਹ ਕਾਫੀ ਜੇਕਰ ਉਹਦਾ ਮਤਲਬ ਸਰੋਤ ਘਟ ਮਿਲਦੇ ਇੱਕ ਦੋ ਜਗ੍ਹਾ ਸਰੋਤ ਮਿਲਦੇ ਵੀ ਗੁਰੂ ਸਾਹਿਬ ਦੋ ਵਾਰੀ ਲੱਖੀ ਜੰਗਲ ਆਏ ਆ ਜੀ ਤੇ ਉਦੋਂ ਇਹ ਪਿੰਡ ਦਾ ਮਤਲਬ ਨਾਮ ਨਹੀਂ ਸੀ ਟਿਕਾ ਪਰ ਆਮ ਇੱਥੇ ਲੋਕ ਬਸਦੇ ਸਨ ਜੀ ਮਤਲਬ ਪਹਿਲਾਂ ਇਹ ਜੰਗਲ ਦਾ ਇਲਾਕਾ ਸੀਗੇ ਥੋੜੇ ਥੋੜੇ ਢਾਣੀਆਂ ਟਾਈਪ ਲੋਕ ਰਹਿੰਦੇ ਸੀ ਜਿਹੜਾ ਪ੍ਰਵਾਸ ਹੋਇਆ ਸੀਗਾ ਇਹ ਅਡੋ ਅਡ ਦੂਰ ਦੇ ਇਲਾਕਿਆਂ ਦੇ ਵਿੱਚ ਮਾਲਵੇ ਦੇ ਵਿੱਚ ਹੋਇਆ ਸੀ ਜਿਆਦਾ ਇੱਥੇ ਪਾਣੀ ਦੇ ਸਰੋਤ ਵਗੈਰਾ ਨਹੀਂ ਹੁੰਦੇ ਸੀਗੇ ਥੋੜੇ ਥੋੜੇ ਘਰ ਰਹਿੰਦੇ ਸੀ ਗੁਰੂ ਸਾਹਿਬ ਦੇ ਨਾਲ ਉਦੋਂ ਨਾਲ ਆਏ ਸੀ ਉਹ ਸਬ ਚੰਦ ਜੀ ਵੀ ਇਹ ਨਾਲ ਉਦੋਂ ਇਸ ਪਿੰਡ ਦੇ ਵਿੱਚ ਆਏ ਸੀਗੇ ਜੀ ਗੁਰੂ ਸਾਹਿਬ ਦੂਸਰੀ ਵਾਰ ਜਦੋਂ ਮੁਕਸਰ ਸਾਹਿਬ ਦਾ ਜਿਹੜਾ ਜੰਗ ਹੋਣ ਤੋਂ ਬਾਅਦ ਗੁਰੂ ਸਾਹਿਬ ਜਦੋਂ ਦਮਦਮਾ ਸਾਹਿਬ ਨੂੰ ਜਾ ਰਹੇ ਸੀਗੇ ਤਾਂ ਉਸ ਸਮੇਂ ਇਸ ਜਗ੍ਹਾ ਦੇ ਉੱਪਰ ਆਏ ਜੀ ਤੇ ਇਸ ਪਿੰਡ ਦਾ ਨਾਮ ਬਾਬਾ ਜੀ ਸਬ ਚੰਦ ਇਸ ਦੇ ਹੀ ਨਾਮ ਤੇ ਰੱਖਿਆ ਹੋਇਆ ਜੀ ਆਓ ਤੁਹਾਨੂੰ ਹੁਣ ਦਰਸ਼ਨ ਕਰਾਉਂਦੇ ਹਾਂ ਇਸ ਥਾਂ ਦੇ ਇਹ ਦਰਸ਼ਨ ਕਰਨ ਦਾ ਜਿਹੜਾ ਸੁਭਾਗਾ ਭਾਗ ਪ੍ਰਾਪਤ ਹੋਇਆ ਆਪਨੂੰ ਜੀ ਸ਼ਹੀਦਾਂ ਸਿੰਘਾਂ ਦੇ ਗੁਰੂ ਸਾਹਿਬ ਦੇ ਨਾਲ ਰਹਿੰਦੇ ਅੰਗ ਸੰਗ ਰਹਿੰਦੇ ਗੁਰੂ ਸਾਹਿਬ ਦੇ ਨਾਲ ਜੋ ਸਿੰਘ ਸ਼ਹੀਦ ਹੋਏ ਹਨ ਉਹਨਾਂ ਦੇ ਟਿਕੇ ਹੋਏ ਨਾਮਾਂ ਦੇ ਉੱਪਰ ਆਪਾਂ ਚੱਲ ਕੇ ਦਰਸ਼ਨ ਕਰ ਰਹੇ ਹਾਂ ਜੀ ਮੇਰਾ ਬਹੁਤ ਸੁਭਾਗ ਹੈ ਮਹਾਰਾਜ ਦੀ ਕਿਰਪਾ ਸਦਕਾ ਇੱਥੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਜਿਹੜਾ ਗੁਰਗੋਬਿੰਦ ਸਿੰਘ ਜੀ ਚਰਨਛੋਹ ਧਰਤੀ ਹੈ ਜੀ ਤੇ ਐਡੇ ਚੜ੍ਹਦੀ ਕਲਾ ਵਾਲੇ ਸਿੰਘ ਜਿਨ੍ਹਾਂ ਦੇ ਵਿੱਚ ਪਿੰਡਾਂ ਦਾ ਨਾਮ ਟਿਕਿਆ ਹੋਇਆ ਔਰ ਗੁਰੂ ਸਾਹਿਬ ਦੇ ਨਾਲ ਅੰਗ ਸੰਗ ਰਹੇ ਸਨ ਤੇ ਇਹਨਾਂ ਦੇ ਜੰਮੇ ਹੋਏ ਜਿੱਥੋਂ ਦੇ ਗੁਰੂ ਸਾਹਿਬ ਦੀ ਉਹ ਐ ਸਰਜਮੀ ਦੇ ਉਹ ਸਿੰਘ ਬਾਬਾ ਜੰਮੇ ਸੀਗੇ ਤੇ ਉੱਥੇ ਆਪਾਂ ਦਰਸ਼ਨ ਕਰਨ ਦਾ ਮੌਕਾ ਮਿਲੇ ਜੀ ਆਓ ਤੁਹਾਨੂੰ ਦਰਸ਼ਨ ਕਰਾਉਨੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਸੋ ਸੰਗਤ ਜੀ ਤੁਹਾਨੂੰ ਕਰਾਏ ਦਰਸ਼ਨ ਗੁਰਦੁਆਰਾ ਪਿੰਡ ਸਾਹਬਚੰਦ ਦੇ ਜੀ ਤੇ ਇੱਥੇ ਜਿਹੜਾ ਗੁਰੂ ਸਾਹਿਬ ਇੱਥੇ ਆਇਸਾਂ ਜੀ ਦੋ ਵਾਰ ਤੁਹਾਨੂੰ ਦਰਸ਼ਨ ਕਰਾਏ ਗੁਰੂ ਗੋਬਿੰਦ ਸਿੰਘ ਦਾ ਮਾਰਗ ਸੀਗਾ ਇਸ ਤੇ ਉੱਪਰ ਆਪਾਂ ਪਹੁੰਚੇ ਜੀ ਗੁਰੂ ਗੋਬਿੰਦ ਸਿੰਘ ਇਸ ਤੋਂ ਅੱਗੇ ਪਿੰਡ ਅਵਲੋ ਤੇ ਇਸ ਤੋਂ ਬਾਅਦ ਲੱਖੀ ਜੰਗਲ ਜਾਂਦੇ ਹਾਂ ਜੀ ਤੇ ਇਸ ਸਮੇਂ ਇਸ ਦੇ ਉੱਪਰ ਆਏ ਸੰਜੀ ਉਹ ਤੁਹਾਨੂੰ ਦਰਸ਼ਨ ਕਰਵਾਏ ਅਖਰਵਾਦਾ ਘਟਾ ਤਾਂ ਕੋਈ ਕਿਹਾ ਜਾਂਦਾ ਹੈ ਜੀ ਤੇ ਉਸ ਦੇ ਲਈ ਮਾਫੀ ਚਾਹੁੰਦੇ ਜੀ ਮਾਲਕ ਦੀ ਬੁੱਧੀ ਅਨੁਸਾਰ ਜੋ ਦਿੱਤੀ ਹੈ ਉਸੇ ਤਰੀਕੇ ਦੇ ਨਾਲ ਤੁਹਾਨੂੰ ਦਰਸ਼ਨ ਕਰਾਉਂਦੇ ਤੁਰੇ ਆ ਰਹੇ ਹਾਂ ਜੀ ਪਟਨਾ ਸਾਹਿਬ ਤੋਂ ਲੈ ਕੇ ਅਬਚਰਨਗਰ ਨਦੇੜ ਸਾਹਿਬ ਤੱਕ ਆਪਾਂ ਦਰਸ਼ਨ ਕਰਾਉਣੇ ਹਾਂ ਤੇ ਕੋਈ ਵੀਡੀਓ ਦੇ ਵਿੱਚ ਸੁਧਾਰ ਕਰਨਾ ਹੋਵੇ ਤਾਂ ਤੁਸੀਂ ਕਮੈਂਟ ਰਾਹੀਂ ਦੱਸ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ